ਵਾਹਿਗੁਰੂ 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 ਦਸਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਸਿਰ ਤੇ ਲੱਖ ਮੁਸੀਬਤਾਂ ਜਾਲੀਆਂ ਨੇ ਰਾਹੀਂ ਜੰਗਲੀ ਬਿਖੜੇ ਪੈਂਡਿਆਂ ਚ ਤੇ ਖੌਫਨਾਕ ਰਾਤਾਂ ਕੋਰ ਕਾਲੀਆਂ ਨੇ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਹੋ ਗਏ ਤੇ ਉਹਦੇ ਚਿਹਰੇ ਤੇ ਅੱਜ ਵੀ ਲਾਲੀਆਂ ਨੇ ਉਸਨੇ ਆਪਣੇ ਦੀਵੇ ਬੁਝਾ ਕੇ ਤੇ ਤੇ ਦੇਸ਼ ਵਿੱਚ ਦੀਵਾਲੀਆਂ ਬਾਲੀਆਂ ਨੇ ਤੇ ਦੇਸ਼ ਵਿੱਚ ਦੀਵਾਲੀਆਂ ਬਾਲੀਆਂ ਨੇ ਬਾਜਾਂ ਵਾਲੇ ਗੁਰੂ ਨੂੰ ਨਮਸਕਾਰ ਲੱਖ ਵਾਰ ਜਿਸਨੇ ਭਾਰਤ ਵਰਸ਼ ਤੋਂ ਵਾਰ ਦਿੱਤਾ ਪਰਵਾਰ
ਨਾ ਮਿਲਦੇ ਦੂਜੇ। ਜ਼ਹਰਾ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ ਦੀ ਹਾਜ਼ਰੀ ਵਿਚ ਜੁੜ ਬੈਠੀ ਸੰਗਤ, ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ, ਸ਼ਹਿਰਾਂ ਦੇ ਬਾਦਸ਼ਾਹ, ਮਾਤਾ ਗੁਜਰੀ ਜੀ ਦੇ ਲਾਲ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਖਤੇ ਜਿਗਰ, ਉਹਨਾਂ ਦੀ ਬਖਸ਼ਿਸ਼ ਦੁਹਰਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ। ਸਭ ਮਾਈ ਭਾਈ ਫਤਿਹ ਦੇ ਸਿਮਰ ਨਾਲ ਜੁੜੋ ਔਰ ਉਸ ਸਿਮਰਨ ਦੇ ਮਿਲੇ ਬਲ ਵਿੱਚੋਂ ਦਾਸਰਿਆਂ ਨੂੰ ਕੁਝ ਬੋਲਣ ਦਾ ਬਲ ਬਖਸ਼ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ, ਫਤਿਹ। ਬੜੇ ਬੜੇ ਰਾਜੇ ਮਹਾਰਾਜੇ ਇਸ ਦੁਨੀਆਂ ਉੱਤੇ ਆਏ, ਚਾਰ ਦਿਨ ਮੌਜ ਮੇਲਾ ਕਰ ਗਏ, ਪਰ ਆਪਣੇ ਜੀਵਨ ਨੂੰ ਸਫਲ ਨਾ ਬਣਾ ਸਕੇ। ਸੰਤ ਦਾ ਜੀਵਨ ਕਿਹੋ ਜਿਹਾ ਹੁੰਦਾ, ਗੁਰਬਾਣੀ ਦੇ ਕੋਲੋਂ ਫੈਸਲਾ ਲਈਏ। ਗੁਰਬਾਣੀ ਸੰਤ ਦੇ ਜੀਵਨ ਦਾ, ਉਹਦਾ ਕਿਹੋ ਜਿਹਾ ਜੀਣਾ ਔਰ ਕਿਹੋ ਜਿਹੀ ਰਹਿਣੀ ਬਹਿਣੀ ਹੁੰਦੀ ਹੈ, ਔਰ ਉਹ ਨਾਮ ਤੋਂ ਬਿਨਾਂ ਇੱਕ ਪਲ ਵੀ ਨਹੀਂ ਆਪਣਾ ਇੱਧਰ ਗਵਾਉਂਦਾ। ਸੁਣੀਏ, ਗੁਰਬਾਣੀ ਦੇ ਸੁੰਦਰ ਪ੍ਰਮਾਣ ਹਨ। ਜਿਉ ਮਛਲੀ ਵਿਣ ਪਾਣੀ ਰਹੇ ਨਾ ਕਿਤੇ ਉਪਾਏ, ਤੋ ਹਰ ਬਿਨ ਸੰਤ ਨ ਜੀਵਈ, ਬਿਨ ਹਰ ਨਾਮੇ ਮਰ ਜਾਏ। ਜਿੰਨਾ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿੰਨਾ ਦਸੰਦੜੀਆਂ ਦੁਰਮਤ ਵੰਜੈ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਭੈੜੀ ਮਤ ਦੂਰ ਹੋ ਜੇ। ਜਿਨ੍ਹਾਂ ਦਸੰਦੜੀਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹੋ ਟੁੱਟੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਆਵੇ ਸਹਿਬ ਚਿੱਤ, ਆਵੇ ਸਹਿਬ ਚਿੱਤ, ਤੇਰਿਆਂ ਭਗਤਾਂ ਡਿਠਿਆ, ਮਨ ਕੀ ਕੱਟੀਏ ਮੈਲ, ਸਾਧ ਸੰਗ ਉਠਿਆ। ਸਾਧੂ ਦਾ ਸੰਗ ਕਰਨ ਦਾ ਕਿੰਨਾ ਲਾਭ ਪ੍ਰਾਪਤ ਹੁੰਦਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਵਾਲੇ ਇੱਕ ਨਗਰ ਵਿੱਚ ਪਤਤ ਪੁਣੇ ਦੀ ਬੜੀ ਲਹਿਰ ਚੱਲ ਪਈ। ਨੌਜਵਾਨ ਮਾਪਿਆਂ ਤੋਂ ਬਾਗੀ ਹੁੰਦੇ ਜਾਣ, ਨਸ਼ਾ ਖਾਣ ਵਾਲੇ ਘੱਟ ਤੇ ਵੇਚਣ ਵਾਲੇ ਜ਼ਿਆਦਾ ਹੋ ਗਏ, ਤੇ ਬਜ਼ੁਰਗਾਂ ਦੇ ਪਾਦਾ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਸਾਰੇ ਨੌਜਵਾਨ ਮਾਪਿਆਂ ਤੋਂ ਬਾਗੀ ਹੁੰਦੇ ਜਾ ਰਹੇ ਆ, ਤੇ ਕਿਸੇ ਮਹਾਂਪੁਰਸ਼ ਦਾ ਪਿੰਡ ਵਿੱਚ ਦੀਵਾਨ ਲਾਈਏ। ਸਾਰੇ ਬਜ਼ੁਰਗ ਇਕੱਠੇ ਹੋਏ ਤੇ ਸੰਤ ਬਾਬਾ ਅਤਰ ਸਿੰਘ ਮਸਤੂ ਵਾਣੇ ਵਾਲੇ ਦੇ ਕੋਲ ਚਲੇ ਗਏ ਤੇ ਕਹਿਣ ਲੱਗੇ, ਮਹਾਂਪੁਰਸ਼ੋ, ਪਿੰਡ ਵਿੱਚ ਇਹੋ ਜਿਹੀ ਘਟਨਾ ਵਾਪਰੀ ਆ, ਜਿਹੜੇ ਬੱਚੇ ਆ ਉਹ ਮਾਪਿਆਂ ਤੋਂ ਬਾਗੀ ਹੁੰਦੇ ਜਾ ਰਹੇ ਆ ਔਰ ਨਸ਼ੇ ਹੀ ਹੁੰਦੇ ਜਾ ਰਹੇ, ਕਿਰਪਾ ਕਰਕੇ ਸਾਨੂੰ ਇੱਕ ਦੋ ਦੀਵਾਨ ਦੀ ਬਖਸ਼ਿਸ਼ ਕਰੋ। ਮਹਾਂਪੁਰਸ਼ਾਂ ਦੀਵਾਨ ਦੇਤਾ, ਦੋ ਦੀਵਾਨ ਉਹਨਾਂ ਦਿੱਤੇ। ਨਗਰ ਵਾਲਿਆਂ ਬੜੀ ਖੁਸ਼ੀ ਮਨਾਈ, ਉਹਨਾਂ ਗਰਾਹੀ ਇਕੱਠੀ ਸ਼ੁਰੂ ਕਰਤੀ ਕਰਨੀ। ਜਿਹੜੇ ਪਤਤ ਬੰਦੇ ਸੀ ਨਾ,
ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਆਖਿਆ ਜੇ ਮਹਾਂਪੁਰਸ਼ਾਂ ਇੱਥੇ ਆ ਕੇ ਦੀਵਾਨ ਲਾਤਾ ਤੇ ਨੌਜਵਾਨਾਂ ਤੇ ਅਮਰ ਛਕਲਣਾ ਤੇ ਸਾਡਾ ਤੇ ਨਸ਼ਾ ਵਿਕਣਾ ਬੰਦ ਹੋ ਜਾਣਾ। ਉਹਨਾਂ ਚ ਇੱਕ ਮਹਾਂਪ੍ਰਿਸ਼ਟਿਆ ਬੰਦਾ ਸੀ, ਉਹ ਆਂਦਾ ਉਹ ਤੁਸੀਂ ਫਿਕਰ ਕਿਉਂ ਕਰਦੇ ਜੇ ਆਪਾਂ ਸਾਰਾ ਕੰਮ ਹੀ ਬਦਲ ਕੇ ਰੱਖ ਦਿੰਦੇ ਆ। ਉਹਨੇ ਆਖਿਆ ਉਹ ਕਿਸ ਤਰ੍ਹਾਂ? ਆਂਦਾ ਵੀ ਜਿੱਦਣ ਬਾਬਿਆਂ ਨੇ ਦੀਵਾਨ ਲਾਉਣਾ ਉਦਣ ਆਪਾਂ ਗਾਉਣ ਵਾਲੀ ਸੱਦ ਲੈਂਦੇ ਆ ਤੇ ਬਾਬਿਆਂ ਨੂੰ ਕਿਹਨੇ ਸੁਣਨਾ। ਉਹਨੇ ਆਖਿਆ ਵੀ ਗੱਲ ਤੇਰੀ ਠੀਕ ਆ। ਉਹਨਾਂ ਵੀ ਆਪਣੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦਾ ਫੰਡ ਜ਼ਿਆਦਾ ਇਕੱਠਾ ਹੋ ਗਿਆ। ਇਹ ਹਮੇਸ਼ਾ ਹੁੰਦਾ ਵੀ ਜੇ ਕਦੇ ਗੁਰਮਤਿ ਸਮਾਗਮ ਮਨਾਉਣਾ ਹੋਵੇ ਨਾ ਤੇ ਇੱਕੋ 100 ਪਾਉਂਡ ਵੀ ਮੰਗਣਾ ਹੋਵੇ ਤੇ ਉਹ ਵੀ ਔਖਾ ਹੁੰਦਾ, ਤੇ ਜੇ ਕਲਾਕਾਰ ਗਾਉਣ ਵਾਲੀ ਕੋਈ ਸੱਦਣੀ ਹੋਵੇ ਤੇ 500 ਪਾਉਂਡ ਇੱਕੇ ਜਾਣੇ ਕੋਲ ਲੈ ਲਓ। ਉਹਨਾਂ ਦੇ ਪੈਸੇ ਜ਼ਿਆਦਾ ਇਕੱਠੇ ਹੋ ਗਏ। ਜਦੋਂ ਬਜ਼ੁਰਗਾਂ ਨੂੰ ਪਤਾ ਲੱਗਾ ਵੀ ਇਹਨਾਂ ਗਾਉਣ ਵਾਲੀ ਸੱਦ ਲਈ ਤੇ ਵਾਕਈ ਮਹਾਂਪੁਰਸ਼ਾਂ ਦਾ ਨਰਾਦਰ ਹੋਊਗਾ, ਉਹ ਸਾਰੇ ਬਜ਼ੁਰਗ ਇਕੱਠੇ ਹੋ ਕੇ ਫਿਰ ਮਹਾਂਪੁਰਸ਼ਾਂ ਨੂੰ ਬੇਨਤੀ ਕਰਨ ਚਲੇ ਗਏ, ਮਹਾਂਪੁਰਸ਼ੋ ਪਿੰਡ ਵਿੱਚ ਇਹੋ ਜਿਹੀ ਘਟਨਾ ਵਾਪਰੀ ਆ ਤੇ ਉਹਨਾਂ ਗਾਉਣ ਵਾਲੀ ਸੱਦਣੀ ਤੁਹਾਡਾ ਨਰਾਦਰ ਹੋਏਗਾ, ਇਸ ਕਰਕੇ ਦੀਵਾਨ ਕੈਂਸਲ ਕਰ ਦਿਓ। ਮਹਾਂਪੁਰਸ਼ 2 ਮਿੰਟ ਚੁੱਪ ਰਹੇ, ਕਹਿਣ ਲੱਗੇ ਜੇ ਪਤਤ ਬੰਦਿਆਂ ਦੇ ਆਖੇ ਲੱਗ ਕੇ ਸ਼ਰਾਬੀਆਂ ਕੁਆਬੀਆਂ ਤੋਂ ਡਰ ਕੇ ਦੀਵਾਨ ਕੈਂਸਲ ਕਰ ਦੀਏ ਤੇ ਫਿਰ ਗੁਰੂ ਨਾਨਕ ਦੀ ਸਿੱਖੀ ਕੀ ਹੋਈ? ਉਹਨਾਂ ਆਖਿਆ ਦੀਵਾਨ ਉਦਣ ਹੀ ਲੱਗੂਗਾ। ਮਹਾਂਪੁਰਸ਼ਾਂ ਦੀਵਾਨ ਦੇਤਾ, ਸਮਾਂ ਆ ਗਿਆ। ਮਹਾਂਪੁਰਸ਼ ਪਹਿਲਾਂ ਸਟੇਜ ਤੇ ਚਲੇ ਗਏ। ਉਹਨਾਂ ਗਾਉਣ ਵਾਲੀ ਸੱਦ ਲਈ ਤੇ ਬੜੀ ਮਸ਼ਹੂਰ ਸੱਦ ਲਈ ਤੇ ਗਾਉਣ ਵਾਲੀ ਦਾ ਸਟੇਜ ਵੀ ਸਾਹਮਣੇ ਗੁਰਦੇ ਦੇ ਲਾਤਾ। ਪਤ ਨਾਸ਼ਤਕ ਬੰਦੇ ਕਦੋਂ ਰੱਬ ਤੋਂ ਡਰਦੇ ਆ? ਉਦੋਂ ਆ ਸਪੀਕਰਾਂ ਦਾ ਬਹੁਤਾ ਪ੍ਰਬੰਧ ਨਹੀਂ ਸੀ ਹੁੰਦਾ, ਇਸ ਤਰ੍ਹਾਂ ਧਾਰਨਾ ਉਹ ਕੀਰਤਨ ਕਰਿਆ ਕਰਦੇ ਸੀ। ਮਹਾਂਪੁਰਸ਼ਾਂ ਕੀਰਤਨ ਆਰੰਭ ਕਰਤਾ, ਗਾਉਣ ਵਾਲੀ ਆਪਣੇ ਸਟੇਜ ਨੂੰ ਜਾ ਰਹੀ ਆ। ਜਦੋਂ ਮਹਾਂਪੁਰਸ਼ਾਂ ਦੇ ਬੋਲ ਉਸ ਗਾਉਣ ਵਾਲੀ ਦੇ ਕੰਨਾਂ ਵਿੱਚ ਪਏ ਨਾ, ਉਸ ਭਗਤੀ ਨੇ, ਉਸ ਸਿਮਰਨ ਦੀ ਸ਼ਕਤੀ ਨੇ ਗਾਉਣ ਵਾਲੀ ਨੂੰ ਖਿੱਚ ਲਿਆ, ਆ ਕੇ ਸੰਗਤ ਵਿੱਚ ਬਹਿ ਗਈ। ਜਿਹੜੇ ਉਹਨੂੰ ਸੁਣ ਜਾਂਦੇ ਸੀ ਉਹਨਾਂ ਤੇ ਆਉਣਾ ਸੀ। 3 ਘੰਟੇ ਮਹਾਂਪੁਰਸ਼ਾਂ ਨੇ ਦੀਵਾਨ ਲਾਇਆ, 3 ਘੰਟੇ ਤੇ 3 ਘੰਟੇ ਉਹ ਗਾਉਣ ਵਾਲੀ ਬਹਿ ਕੇ ਮਹਾਂਪੁਰਸ਼ਾਂ ਦੇ ਬਚਨ ਸੁਣਦੀ ਰਹੀ। ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਗਲ ਚ ਪੱਲਾ ਪਾ ਕੇ ਕਹਿਣ ਲੱਗੀ, ਮਹਾਂਪੁਰਸ਼ੋ ਇਹ ਜੀਵਨ ਤੇ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਮਿਲਿਆ ਸੀ ਤੇ ਮੈਂ ਤੇ ਇਹ ਤਾਂ ਲੋਕ ਹੀ ਖੁਸ਼ ਕਰਦੀ ਰਹੀ ਹਾਂ, ਕਿਰਪਾ ਕਰਕੇ ਮੈਨੂੰ ਵੀ ਖੰਡੇ ਬਾਟੇ ਦੇ ਅਮਰ ਦੀ ਦਾਤ ਦਿਓ। ਸਿੱਖੋ ਉਸ ਗਾਉਣ ਵਾਲੀ ਨੇ ਵੀ ਅੰਮ੍ਰਿਤ ਛਕਿਆ, ਸਾਰੇ ਨਗਰ ਨੇ ਅੰਮ੍ਰਿਤ ਛਕਿਆ। ਇਹ ਹੈ ਸੰਤਾਂ ਮਹਾਂਪੁਰਸ਼ਾਂ ਦੇ ਸੰਗ ਕਰਨ ਦਾ ਲਾਹ। ਤੋ ਅੱਜ ਵੀ 75 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਉਹ ਗੁਰੂ ਵਾਲੇ ਬਣੇ ਆ। ਸਤਿਗੁਰ ਕੇ ਜਨਮੇ ਗਣਮ ਗਮਨ ਮਟਾਇਆ। ਜਦੋਂ ਅਸੀਂ ਅੰਮ੍ਰਿਤ ਛਕਲ ਨੇ ਸਾਡੇ ਜ਼ਿੰਦਗੀ ਦੇ ਜਿੰਨੇ ਵੀ ਗੁਨਾਹ ਪਾਪ ਹੁੰਦੇ ਆ ਉਹ ਸਾਰੇ ਧੋਤੇ ਜਾਂਦੇ, ਉਹ ਮਾਫ ਹੋ ਜਾਂਦੇ ਆ। ਮੈਂ ਉਹਨਾਂ ਗੁਰਸਿੱਖਾਂ ਨੂੰ ਵਧਾਈ ਦਿੰਦਾ। ਆਓ ਇੱਕ ਆਂਦੇ ਪ੍ਰਸੰਗ ਲਾਈਏ। ਮੈਂ ਆਖਿਆ ਵੀ ਸਿੰਘਾਂ ਦੀ ਅੱਜ ਫਰਮਾਇਸ਼ ਹੈ ਵੀ ਅੱਜ ਫਰਮਾਇਸ਼ਾਂ ਹੀ ਪੂਰੀਆਂ ਕਰਨੀਆਂ। ਮੇਰੇ ਵੀਰ ਆ ਦਮਦਮੀ ਟਕਸਾਲ ਵਾਲੇ ਸਾਊਥਾਲ ਤੋਂ ਵੀ ਆਏ ਆ, ਕੁਝ ਹੋਰ ਸਿੰਘਾਂ ਉਹਨਾਂ ਸਰਸੇ ਵਾਲੇ ਦੀ ਮੰਗ ਕੀਤੀ ਆ। ਇੰਨਾ ਸਮਾਂ ਨਹੀਂ ਕਿ ਮੈਂ ਪ੍ਰਸੰਗ ਛੇੜ ਕੇ ਤੇ ਉਹਨੂੰ ਕਿਸੇ ਸੇਹ ਲਾ ਸਕਾਂ। ਅੱਜ ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਕਰਨੀਆਂ, ਸੰਤਾਂ ਦੀਆਂ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ, ਉਹਨਾਂ ਦੀ ਵੀ ਕਵਿਤਾ ਦੀ ਮੰਗ ਆਈ ਆ। ਆਓ ਤੁਹਾਡੇ ਸਾਹਮਣੇ ਇੱਕ ਕਵਿਤਾ ਮੈਂ ਸਿੱਖ ਦੇ ਜੀਵਨ ਤੇ ਕਹਾਉਣ ਲੱਗਾ, ਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪੈਰਾਂ ਤੇ ਕਿਸੇ ਨੇ ਮੱਥਾ ਟੇਕਤਾ, ਉਹਨਾਂ ਨੂੰ ਵਰਜਿਆ। ਉਹ ਮੱਥਾ ਸਰੀਰਾਂ ਨੂੰ ਟੇਕੀਦਾ ਹੁੰਦਾ, ਮੱਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ। ਉਹ ਸਿੱਖ ਨੇ ਅੱਗਿਓਂ ਬਾਣੀ ਦੀ ਪੰਕਤੀ ਉਚਾਰਨ ਕਰਤੀ, ਜੋ ਦਿਸੈ ਗੁਰ ਸਿੱਖੜਾ ਤੇ ਸੰਨੇ ਮੰਨੇ ਵੱਲਾ ਗੋ ਪਾਏ ਜੀਓ। ਤੇ ਮਹਾਂਪੁਰਸ਼ਾਂ ਨੇ ਬਾਣੀ ਦੇ ਅਰਥ ਨਹੀਂ ਉਲਟਾਏ, ਉਹਨਾਂ ਆਖਿਆ ਉਹ ਸਿੱਖ ਅਸੀਂ ਅਜੇ ਬਣੇ ਨਹੀਂ ਗਏ ਜਿਹੜੇ ਗੁਰੂ ਕੀ ਬਾਣੀ ਨੇ ਆਖਿਆ। ਸਿੱਖ ਤੇ ਤੁਸੀਂ ਵੀ ਕੋਹਨੇ ਤੇ ਅਸੀਂ ਵੀ ਕੋਹਨੇ ਆ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਨੂੰ ਪੁੱਛੋ ਵੀ ਸਿੱਖ ਆਂਦੇ ਕਿਨੂੰ ਆ। ਉਹ ਸਿੱਖ ਦਾ ਨਕਸ਼ਾ ਖਿੱਚਦੇ ਆ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ
ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੇ ਲੱਭੋ ਇਹੋ ਜਿਹਾ ਸਿੱਖ ਤੇ ਫਿਰ ਉਹਦੀ ਸੇਵਾ ਕਰਿਓ ਫਿਰ ਵੇਖਿਓ ਗੁਰੂ ਕਿਸ ਤਰ੍ਹਾਂ ਲਹਿਰਾਂ ਬਹਿਰਾਂ ਕਰਦਾ ਆਓ ਤੁਹਾਡੇ ਸਾਹਮਣੇ ਜੋੜੀ ਕਵਿਤਾ ਇੱਕ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਲੈਣਾ ਇਉਂ ਬਿਆਨ ਕੀਤੀਆਂ ਜਾ ਰਹੀਆਂ ਮਰਨਾ ਮਰ ਲੈ ਸੀ ਮਰਨੀ ਦੋ ਗਲੀ ਟਕਾ ਕੇ ਸੀਸ ਗਲੀ ਪ੍ਰੀਤਮ ਦੀ ਜਾਈਦਾ ਗਲੀ ਟਕਾ ਲੈ ਕੇ ਚੰਗੀ ਸਿੱਖਿਆ ਸਜਣਾ ਸਿੱਖ ਕਹਾਈਦਾ ਚੰਗੀ ਸਿੱਖਿਆ ਸੱਜਣਾ ਸਿੱਖ ਖਾਈਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਨਗਰ ਚੋਂ ਲੰਘ ਰਹੇ ਸਨ ਕਿਸੇ ਨੇ ਬੇਨਤੀ ਕੀਤੀ ਮਹਾਂਪੁਰਸ਼ ਦੋ ਚਾਰ ਬਚਨ ਸੁਣਾ ਜੋ ਹੁਣ ਆਖਿਆ ਜੇ ਸਾਡੇ ਨੰਗੇ ਦਾ ਕੋਈ ਅਸਰ ਨਾ ਹੋਇਆ ਤੇ ਪ੍ਰਚਾਰ ਦਾ ਵੀ ਕੋਈ ਅਸਰ ਨਹੀਂ ਹੋਣਾ ਸਾਡਾ ਜੀਵਨ ਲੋਕਾਂ ਵਾਸਤੇ ਪ੍ਰਚਾਰ ਬਣ ਜੇ ਗਿਆਨੀ ਗੁਰਦੇਵ ਸਿੰਘ ਜੀ ਜਿਨ੍ਹਾਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਗਿਆਨੀ ਪ੍ਰੀਤਮ ਸਿੰਘ ਜੀ ਜਿਨ੍ਹਾਂ ਬੜਾ ਆਨੰਦ ਮਾਣਿਆ ਸਾਊਥ ਹਾਲ ਵਿੱਚ ਰਹਿੰਦੇ ਵੇਖਿਆ ਉਹਨਾਂ ਦੀ ਉਮਰ ਦਾ ਸਾਡੇ ਵਿੱਚ ਕੋਈ ਵੀ ਨਹੀਂ ਹੋਣਾ 94-95 ਸਾਲ ਦੀ ਉਮਰ ਚੌਂਕੜਾ ਲਾ ਕੇ ਬਹਿੰਦੇ ਮੈਂ ਰਾਤ ਵੀ ਗੱਲ ਕੀਤੀ ਸੀ ਬੇਨਤੀ ਕਰਾਂ ਇਹਨਾਂ ਦੇ ਜੀਵਨ ਤੋਂ ਇੱਕ ਪ੍ਰੇਰਨਾ ਲੈਣੀ ਚਾਹੀਦੀ ਹੈ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਮਾਲਵੇ ਇਲਾਕੇ ਚੋਂ ਤੇ ਹਰੀਕੇ ਪਤਨ ਵਾਪਸ ਆਏ ਸੰਗਤਾਂ ਉਡੀਕ ਰਹੀਆਂ ਸਨ ਮਹਾਰਾਜ ਵਾਸਤੇ ਪਲੰਘਾ ਸਜਾ ਕੇ ਰੱਖਿਆ ਸੀ ਹਰੀਕਿਆਂ ਦੇ ਰਹਿਣ ਵਾਲਾ ਬਖਤਾਵਰ ਚੌਧਰੀ ਬੜਾ ਹੰਕਾਰੀ ਉਹਨੂੰ ਵੀ ਪਤਾ ਲੱਗਾ ਤੇ ਉਹ ਵੀ ਆ ਗਿਆ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ ਤੇ ਸਰਾਣੇ ਆ ਕੇ ਮਹਾਰਾਜ ਦੇ ਬਹਿ ਗਿਆ ਪਲੰਘੇ ਦੇ ਸਰਾਣੇ ਆ ਕੇ ਬਹਿ ਗਿਆ ਸੰਗਤਾਂ ਨੇ ਬੜਾ ਬੁਰਾ ਮਨਾਇਆ ਚੌਧਰੀ ਉੱਠ ਕੇ ਤੁਰ ਗਿਆ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇਹਨੂੰ ਡੱਕਿਆ ਵੀ ਲਾਗੇ ਮੂੜਾ ਵੀ ਡੱਠਾ ਸੀ ਇਹ ਡੱਕਦਿਆਂ ਡੱਕਦਿਆਂ ਤੁਹਾਡੇ ਸਰਾਣੇ ਵਾਲੇ ਬੰਨੇ ਬਹਿ ਗਿਆ ਤੇ ਸੁਭਾਵਕ ਬਚਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਨਿਕਲੇ ਬੁਖਾਰ ਬਿੰਦ ਚੋਂ ਪਲੰਗ ਪੰਘੂੜਾ ਕਛੂ ਨਾ ਰਹੋ ਅਬ ਤੇ ਇਨਕੋ ਸਭ ਕੁਛ ਦਹਿਓ ਕਰਨ ਬੇਅਬਦੀ ਵੱਡਿਆਂ ਕੇਰੀ ਨਾਸ ਦੇਤ ਕਰ ਵੱਡਿਓ ਵਡੇਰੀ ਵੱਡਿਓ ਸਿਉ ਠਾਨੇ ਸਨਮਾਨਾ ਸੋ ਜਾਨੋ ਉਹ ਹੋਏ ਮਹਾਨਾ ਕਰਨ ਪਰਨ ਪੰਘੂੜਾ ਕਛੂ ਨਾ ਰਹਿਓ ਮਹਾਰਾਜ ਕਹਿੰਦੇ ਨਾ ਇਹਦੇ ਪਲੰਗ ਰਹਿਣਗੇ ਨਾ ਇਹਦੇ ਪੰਘੂੜੇ ਰਹਿਣਗੇ ਅਬ ਤੇ ਇਨਕੋ ਸਭ ਕੁਛ ਦਹਿਓ ਦਹਿਓ ਅੱਗ ਨੂੰ ਕਿਹਾ ਗਿਆ ਅੱਗ ਵੀ ਸਭ ਕੁਛ ਸੜ ਜੂਗਾ ਕਰਨ ਬੇਅਬਦੀ ਵੱਡਿਆਂ ਕੇਰੀ ਨਾਸ ਦੇਤ ਕਰ ਵੱਡਿਓ ਵਡੇਰੀ ਜਿਨ੍ਹਾਂ ਵੱਡਿਆਂ ਦਾ ਸਤਿਕਾਰ ਨਹੀਂ ਕੀਤਾ ਉਹਨਾਂ ਆਪਣੀਆਂ ਕੁੱਲਾਂ ਦਾ ਨਾਸ ਕਰ ਲਿਆ ਵੱਡੇ ਸੋ ਠਾਨੇ ਸਨਮਾਨਾ ਸੋ ਜਾਨੋ ਉਹ ਹੋਏ ਮਹਾਨਾ ਜਿਹੜੇ ਵੱਡਿਆਂ ਦਾ ਸਤਿਕਾਰ ਕਰਨਗੇ ਉਹ ਮਹਾਨ ਹੋਣਗੇ ਉਹਨਾਂ ਦੀ ਲੋਕ ਪੂਜਾ ਕਰਨਗੇ ਤੋ ਗੁਰੂ ਕਿਰਪਾ ਕਰੇ ਗਿਆਨੀ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਵੱਡਿਆਂ ਮਹਾਂਪੁਰਸ਼ਾਂ ਤੋਂ ਸੰਥਿਆ ਚਲੇ ਗਏ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਗੁਰਦੇਵ ਸਿੰਘ ਤੈਨੂੰ ਇੱਥੇ ਗ੍ਰੰਥੀ ਥਾਪਦੀ ਤੇ ਇੱਥੇ ਸੇਵਾ ਸੰਭਾਲ ਕਰ ਲਾ ਮੈਂ ਉਹਨਾਂ ਦੇ ਮੁਖਾਰ ਬਿੰਦ ਚੋਂ ਬਚਨ ਸੁਣਿਆ ਤੇ ਵੀ ਮੈਂ ਨੀ ਇੱਥੇ ਸੇਵਾ ਕਰਨੀ ਮੈਂ ਨੀ ਗ੍ਰੰਥੀ ਸਹਿ ਸਕਦਾ ਇਹਨਾਂ ਚੋਰੀ ਚੋਰੀ ਮਹਾਂਪੁਰਸ਼ਾਂ ਤੋਂ ਉੱਥੇ ਟੈਕਸੀ ਦਾ ਲਾਇਸੈਂਸ ਬਣਾ ਲਿਆ ਵੀ ਗੱਡੀ ਚਲਾਉਂਗਾ ਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਵੀ ਮੈਂ ਨੀ ਗ੍ਰੰਥੀ ਦੀ ਸੇਵਾ ਕਰਨੀ ਤੇ ਲੱਗ ਕੇ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਮਹਾਂਪੁਰਸ਼ਾਂ ਪੁੱਛਿਆ ਵੀ ਕੀ ਕਰੇਗਾ ਤੇ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਟੈਕਸੀ ਚਲਾਊਗਾ ਤੇ ਮਹਾਂਪੁਰਸ਼ਾਂ ਆਖਿਆ ਦੁਖੀ ਹੋਏਗਾ
ਹੱਥ ਜੋੜ ਕੇ ਕਹਿਣ ਲੱਗੇ ਮਹਾਂਪੁਰਸ਼ੋ ਅਗਲਾ ਵਚਨ ਨਾ ਕਿਹੋ, ਜੋ ਕਹੋਗੇ ਮੈਂ ਉਹ ਕਰੂੰਗਾ। ਸੋ ਉਹਨਾਂ ਦੇ ਬਚਨ ਕਮਾਏ, ਅੱਜ ਉਹਨਾਂ ਦਾ ਕਿੰਨਾ ਸਤਿਕਾਰ ਹੈ। ਅੱਜ ਵੀ ਉਹ ਗੁਰਸਿੱਖਾਂ ਨੂੰ ਸੰਤਿਆ ਦਿੰਦੇ, ਭਾਵੇਂ 95-96 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਆ, ਉਹਨਾਂ ਤੋਂ ਸਿੱਖਿਆ ਲੈ ਕੇ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਅਸੀਂ ਅੱਜ 40-40 ਸਾਲ ਦੇ ਕੁਰਸੀਆਂ ਤੇ ਬਹਿੰਦੇ ਹਾਂ। ਮੈਂ ਇੱਕ ਵਿਆਹ ਤੇ ਗਿਆ, ਉੱਥੇ 17 ਕੁਰਸੀਆਂ ਲਾਤੀਆਂ ਘਰ ਵਾਲੇ ਨੇ, 17 ਕੁਰਸੀਆਂ। ਮੈਂ ਕਿਹਾ ਵੀ ਇਹ ਕਾਹਦੇ ਵਾਸਤੇ ਲਾਈਆਂ? ਆਂਦੇ ਕੋਈ ਬੁੱਢਾ ਵੱਡਾ ਬਹਿ ਜਾਂਦਾ। ਮੈਂ ਕਿਹਾ ਸਾਰੀਆਂ ਚੁੱਕ ਦੇ, ਸਾਰੀਆਂ ਉਹਨਾਂ ਚੁੱਕਤੀਆਂ, ਵਜਨ ਮੰਨ ਲਿਆ, ਸਾਰਾ ਦੀਵਾਨ ਲਾਤਾ, ਪਰ ਇੱਕ ਨੇ ਕੁਰਸੀ ਦੀ ਮੰਗ ਨਹੀਂ ਕੀਤੀ। ਅਸੀਂ ਜਾਣ ਬੁੱਝ ਕੇ ਗਲਤੀਆਂ ਕਰਦੇ ਹਾਂ। ਗੁਰੂ ਕਿਰਪਾ ਕਰੇ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅਸੀਂ ਇੱਕ ਚੰਗੀ ਸਿੱਖਿਆ ਲਈਏ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੈਂ ਉਹਨਾਂ ਦੇ ਹਰ ਦੀਵਾਨ ਚ ਬਚਨ ਕਰਦਾ ਹੁੰਦਾ, ਔਰ ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਵੀ ਲੈਣੀ। ਜੇ ਉਹਨਾਂ ਦੀ ਬਰਸੀ ਦੇ ਸੰਬੰਧ ਚ ਇਕੱਤਰ ਹੋਏ ਆ, ਕਿਸੇ ਦੇ ਭਾਵੇਂ ਗਿੱਟੇ ਲੱਗੇ ਤੇ ਭਾਵੇਂ ਗੋਡੇ ਲੱਗੇ, ਇਹ ਗਿਆਨੀ ਜਸਵੰਤ ਸਿੰਘ ਦਾ ਵੀ ਸੁਭਾਅ ਆ ਤੇ ਸਾਡਾ ਵੀ ਇਹੋ ਸੁਭਾਅ ਆ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰ ਰਹੇ ਸਨ ਪਟਨਾ ਸਾਹਿਬ ਤੇ ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਮਹਾਰਾਜ ਦੇ ਦਰਬਾਰ ਚ ਜਰਾਬਾ ਪਾ ਕੇ ਆ ਗਿਆ ਤੇ ਮਹਾਂਪੁਰਸ਼ਾਂ ਦਾ ਧਿਆਨ ਪੈ ਗਿਆ ਤੇ ਕਥਾ ਨੂੰ ਵਿਸ਼ਰਾਮ ਦੇ ਕੇ ਕਹਿਣ ਲੱਗੇ, ਜੈਲ ਸਿੰਘਾ, ਤੇਰੇ ਨਾਂ ਦੇ ਨਾਲ ਗਿਆਨੀ ਲੱਗਦਾ, ਗਿਆਨੀ, ਤੈਨੂੰ ਲੋਕ ਗਿਆਨੀ ਕਹਿੰਦੇ ਆ, ਤੇ ਤੈਨੂੰ ਇੰਨਾ ਨੀ ਗਿਆਨ ਵੀ ਮਹਾਰਾਜ ਦੇ ਦਰਬਾਰ ਚ ਆਈ ਦਾ ਕਿਤਨਾ ਜਰਾਬਾਂ ਜੋੜਿਆਂ ਦਾ ਦੂਜਾ ਰੂਪ ਹੁੰਦੀਆਂ। ਤੇ ਗਿਆਨੀ ਜੈਲ ਸਿੰਘ ਵਾਪਸ ਮੁੜ ਗਿਆ, ਜਰਾਬਾਂ ਲਾ ਕੇ, ਪੈਰ ਧੋ ਕੇ, ਮੱਥਾ ਟੇਕ ਕੇ, ਹੱਥ ਜੋੜ ਕੇ ਸੰਗਤ ਨੂੰ ਕਹਿਣ ਲੱਗਾ, ਗੁਰੂ ਕੀ ਸੰਗਤ, ਮੈਂ ਮਹਾਰਾਜ ਦੇ ਪਾਵਨ ਤਖਤ ਤੇ ਜਰਾਬਾਂ ਪਾ ਕੇ ਆ ਗਿਆ ਸਾਂ, ਮੇਰੀ ਭੁੱਲ ਨੂੰ ਇੱਥੇ ਹੀ ਮਾਫ਼ ਕਰ ਦਿਓ। ਸਿੱਖੋ, ਇਹ ਕੋਈ ਸੰਤ ਹੀ ਕਹਿ ਸਕਦਾ ਹੈ? ਸੱਚ ਹੈ। ਤੇ ਗਲਤੀਆਂ ਵੀ ਬਹੁਤੀਆਂ ਲੀਡਰ ਕਰਦੇ ਆ ਤੇ ਬਹਿੰਦੇ ਵੀ ਅੱਗੇ ਆ, ਪਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਭਾਉ ਹੋਵੇ ਨਾ, ਉਹ ਫਿਰ ਕਦੇ ਲੀਡਰਾਂ ਤੋਂ ਨਹੀਂ ਡਰਦੇ। ਗੁਰੂ ਕੇ ਸਿੱਖੋ, ਅੱਜ ਤੋਂ ਇਹ ਪਰਮ ਕਰਕੇ ਜਾਓ ਕਿ ਭੁੱਲ ਕੇ ਵੀ ਜਰਾਬਾ ਪਾ ਕੇ ਨਾ ਮਹਾਰਾਜ ਦੇ ਦਰਬਾਰ ਵਿੱਚ ਆਈਏ, ਅਸੀਂ ਦੇਣਦਾਰ ਹੋਵਾਂਗੇ। ਗੁਰੂ ਕਿਰਪਾ ਕਰੇ। ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗਾ। ਉਸ ਮਰਦ ਦੀ ਜਿਨੇ ਇੱਕ ਰਾਂ ਮੁਰਦਾ ਰੂਹਾਂ ਵਿੱਚ ਜਾਨਾਂ ਪਾ ਕੇ ਰੱਖ ਦਿੱਤੀਆਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ, ਕੌਣ ਨੀ ਉਹਨਾਂ ਨੂੰ ਜਾਣਦਾ? ਮੈਂ ਉਹਨਾਂ ਦੇ 3 ਵਾਰਾਂ ਦਰਸ਼ਨ ਕੀਤੇ ਆ। ਉਹ ਜਿੱਧਰ ਨੂੰ ਨੰਗ ਜਿਆ ਕਰਦੇ ਸੀ ਨਾ, ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਭਦੀਆਂ ਸੀ। ਸੱਚ ਹੈ। ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਖੂਨ ਦੇ ਖਾਲ ਵਗਾ ਦਿਆ ਕਰਦੇ ਸੀ। ਸੰਤ ਬਾਬਾ ਜਰਨੈਲ ਸਿੰਘ ਦੀ ਉਹਨਾਂ ਦੀ ਕਵਿਤਾ ਸੁਣਨੀ, ਇਹ ਵੀ ਵਿਰਲਿਆਂ ਦੇ ਹਿੱਸੇ ਆਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਨਾ ਫਿਰੋਜ਼ਪੁਰ ਦੇ ਇਲਾਕੇ ਚ ਗਏ ਤੇ ਉੱਥੋਂ ਦੇ ਪ੍ਰਬੰਧਕ ਜਨ ਕਹਿਣ ਲੱਗੇ, ਮਹਾਂਪੁਰਸ਼ੋ, ਠੰਡੀ ਜੀ ਕਥਾ ਕਰਿਓ, ਠੰਡੀ ਜੀ, ਗਰਮ ਕਥਾ ਨਾ ਕਰਿਓ। ਤੇ ਮਹਾਂਪੁਰਸ਼ਾਂ ਨੂੰ ਸਮੇਂ ਦੇ ਹਾਲਾਤ ਵੇਖ ਕੇ ਸਭ ਕੁਝ ਕਹਿਣਾ ਪੈਂਦਾ ਸੀ। ਉਹਨਾਂ ਆਖਿਆ ਵੀ ਤੁਸੀਂ ਦੱਸ ਦਿਓ ਕਿਹੜੀ ਠੰਡੀ ਕਥਾ ਕਰੀਏ। ਕਹਿਣ ਲੱਗੇ, ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਵੀ ਚੋਣ ਤੁਸੀਂ ਕਰ ਲਓ। ਕਹਿਣ ਲੱਗੇ, ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ ਕਥਾ ਕਰੋ, ਗੁਰੂ ਨਾਨਕ ਸਾਹਿਬ ਦੀ। ਤੇ ਮਹਾਂਪੁਰਸ਼ ਕਹਿਣ ਲੱਗੇ, ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਕਹਿ ਰਿਹਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾ ਨਾ ਕੀਜੈ। ਮਹਾਰਾਜ ਇਹ ਤੇ ਗਰਮ ਬੜੀ ਆ, ਕੋਈ ਠੰਡੀ ਜੀ ਕਥਾ ਕਰੋ, ਠੰਡੀ ਜੀ, ਕਿਸੇ ਭਗਤ ਬਾਣੀ ਦੀ ਕਥਾ ਕਰ ਦਿਓ, ਭਗਤ ਦੀ ਕਥਾ ਕਰ ਦਿਓ, ਭਗਤ ਕਬੀਰ ਸਾਹਿਬ ਦੀ ਬਾਣੀ ਦੀ ਕਥਾ ਕਰ ਦਿਓ। ਤੇ ਮਹਾਂਪੁਰਸ਼ ਕਹਿਣ ਲੱਗੇ, ਸੁਣੋ ਭਗਤ ਕਬੀਰ ਸਾਹਿਬ ਜੀ ਕੀ ਕਹਿ ਰਹੇ ਆ, ਗਗਨ ਮਾਮਾ ਬਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾਡੈ ਖੇਤ। ਕਿਹੜੀ ਸ਼ਾਂਤੀ ਲੱਭਦੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਕੈਰ ਦੀ ਬਾਣੀ ਦਰਜ ਨੀ, ਇਹਦੇ ਵਿੱਚ ਸੂਰ ਵੀਰ ਯੋਧਿਆਂ ਦੀ ਬਾਣੀ ਦਰਜ ਹੈ। ਬਾਬੇ ਨਾਮਦੇਵ ਦੀ ਮਾਂ ਨੇ ਕੀ ਕਿਹਾ ਸੀ, ਇਹ ਉਹ ਆਖਿਆ ਸੀ ਨਾ, ਬੇਟਾ ਛੋੜ ਰਾਮ ਕੀ ਨਾ ਭਜੈ ਖੁਦਾਏ। ਤੇ ਬਾਬੇ ਨਾਮਦੇਵ ਨੂੰ ਪਤਾ ਨੀ ਸੀ, ਮਾਤਾ ਮੈਨੂੰ ਪਤਾ ਵੀ ਰਾਮ ਵੀ ਉਹੋ ਹੀ ਆ ਤੇ ਖੁਦਾ ਵੀ ਉਹੋ ਹੀ ਆ, ਇਹ ਮੇਰੇ ਕੋਲੋਂ ਜਬਰਦਸਤੀ ਕਹਾਉਣਾ ਚਾਹੁੰਦੇ ਆ, ਇਹਦੇ
ਨਾਲ ਮੈਂ ਲਿਫਣ ਵਾਲਾ ਨਹੀਂ ਗਾ ਬੇਟਾ ਆਪਣੀ ਜਾਨ ਬਚਾ ਲਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਕੀ ਬਚਨ ਆਖੇ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ਬਦ ਦਰਜ ਹੈ ਤੂੰ ਮੇਰੀ ਮਾਂ ਨੀ ਜਿਹੜੀ ਮੈਨੂੰ ਕੈਰਤਾ ਦਾ ਉਪਦੇਸ਼ ਦਿੰਦੀ ਆ ਸਿੱਖੋ ਜਿਹੜੀ ਸ਼ਾਂਤੀ ਸ਼ਬਦ ਵਿੱਚ ਉਪਜਦੀ ਆ ਉਹ ਸ਼ਾਂਤੀ ਸਦਾ ਕਾਇਮ ਰਹੇਗੀ ਜਿਹੜੀ ਸ਼ਾਂਤੀ ਸ਼ਸਤਰਾਂ ਵਿੱਚੋਂ ਉਪਜਦੀ ਆ ਉਹ ਸ਼ਾਂਤੀ ਸਦਾ ਬਹਾਰ ਰਹੇਗੀ ਤੇ ਅਸੀਂ ਆਨੇ ਸ਼ਸਤਰੇ ਭੜਕਾਊ ਆ ਇਹ ਵਿਖਾਵੇ ਵਾਸਤੇ ਰੱਖੇ ਆ ਬਹੁਤੇ ਸਾਡੇ ਪ੍ਰਚਾਰਕ ਇਹ ਗੱਲ ਕਹਿਣ ਲੱਗ ਪਏ ਆ ਵੀ ਹੱਥ ਚ ਕਿਰਪਾਨ ਫੜੀ ਆਉਂਦੇ ਅੰਦਰ ਬੱਕਰਾ ਵੱਢਣਾ ਤੇ ਮੇਰੇ ਗੁਰੂ ਦਾ ਹੁਕਮ ਹੈ ਇਹ ਮੋਰ ਆਗਿਆ ਸੁਣੋ ਇਹ ਪਿਆਰੇ ਬਿਨਾਂ ਕੇਸੰ ਸ਼ਸਤਰੰ ਜੋ ਨੰਦ ਦਾਰੇ ਹੁਣ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰੀਏ ਕਿ ਕਿਸੇ ਨੁਕਤਾ ਚੀਨੀ ਵਾਲੇ ਦੀ ਗੱਲ ਸੁਣੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ ਸਤਿਗੁਰੂ ਕਮੈਤ ਘੋੜੇ ਤੇ ਸਵਾਰ ਸਨ ਕਨਾਤ ਸਤਿਗੁਰਾਂ ਨੇ ਕਰਵਾਈ ਹੋਈ ਸੀ ਮੇਰੇ ਪਾਤਸ਼ਾਹ ਜਦੋਂ ਚਿਖਾ ਤੇ ਚੜ੍ਹਨ ਲੱਗੇ ਤੇ ਘੋੜੇ ਦੀਆਂ ਵਾਗਾਂ ਮੋੜ ਕੇ ਇੱਕ ਨਾ ਪਛਾਣ ਨੂੰ ਵੇਖਿਆ ਸਭ ਖਾਲਸਾ ਉਦੋਂ ਵੈਰਾਗ ਵੇ ਸੀ ਤੇ ਜਿਸ ਤਰ੍ਹਾਂ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਦੋ ਬਚਨ ਸਾਡੇ ਚੇਤੇ ਰੱਖਣੇ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨੀ ਵਿਸਾਰਨਾ ਤੇ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਦੁਨੀਆਂ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ ਇਹ ਇਤਿਹਾਸਕ ਬਚਨ ਆਉਂਦੇ ਹਨ ਅੱਜ ਵੇਖੀਓ ਗੁਰੂ ਮਹਾਰਾਜ ਦੀ ਧਰੋਹਰ ਸਾਡੇ ਕੋਲ ਹੈ ਨਹੀਂ ਹੈ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਜਾਓ ਜਦੋਂ ਇੱਕ ਪੀੜਾ ਸਾਹਿਬ ਬਾਕੀ ਬਚ ਜਾਂਦਾ ਨਾ ਫਿਰ ਆਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ਸਤਰ ਆਊਗੇ ਉਹ ਏਡਾ ਵੱਡਾ ਕਮਰ ਕਸਾ ਨਾਭੇ ਵਾਲਿਆਂ ਰਾਜਿਆਂ ਨੇ ਇੱਕ ਤੇਗਾ ਭੇਟ ਕੀਤਾ ਜਿਹਦੇ ਸ੍ਰੀ ਕੇਸਗੜ੍ਹ ਤਖ਼ਤ ਤੇ ਹੁਣ ਦਰਸ਼ਨ ਕਰਵਾਏ ਜਾਂਦੇ ਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਜਿਹਦੇ ਨਾਲ ਸਤਿਗੁਰ ਨੇ ਕਾਲੇ ਖਾਂ ਨੂੰ ਵੱਢਿਆ ਸੀ ਤੇ ਜਦੋਂ ਕਾਲੇ ਖਾਂ ਦੇ ਉਹ ਸਿਰ 'ਚ ਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੜਤਾ ਸੀ ਕਾਲੇ ਖਾਂ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਹਵਾਲਾ ਦਿਆ ਕਰਦੇ ਸੀ ਵੀ ਹਜ਼ੂਰ ਦੇ ਮਨ ਦੇ ਵਿੱਚ ਦਇਆ ਇੰਨੀ ਆ ਵੀ ਫੁੱਲ ਦੇ ਟੁੱਟਣ ਦਾ ਵੀ ਸਤਿਗੁਰ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਪਾਤਸ਼ਾਹ ਵੀ ਰਸ ਵਿੱਚ ਆਉਂਦੇ ਆ ਨਾ ਜਦੋਂ ਤੇਗਾ ਛੱਡਦੇ ਫਿਰ ਲੋਹੇ ਦੀ ਸਿੰਜੋ ਬਖਤਰਾ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਵੱਢ ਕੇ ਪਾਰ ਹੋ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੀ ਸਾਨੂੰ ਗੁਰੂ ਦੇ ਬਚਨਾਂ ਤੋਂ ਚੇਤੇ ਕਰਵਾਇਆ ਕਰਦੇ ਹੋ ਸਿੱਖੋ ਨਿਰਾ ਜ਼ਮੀਨਾਂ ਖਰੀਦਣ ਤੇ ਨਾ ਜ਼ੋਰ ਲਾਈਓ ਨਿਰਾ ਟੈਲੀਵਿਜ਼ਨ ਖਰੀਦਣ ਤੇ ਨਾ ਜ਼ੋਰ ਲਾਈਓ ਘਰਾਂ ਵਿੱਚ ਚੰਗੇ ਚੰਗੇ ਸ਼ਸਤਰ ਰੱਖੋ ਸਮੇਂ ਨੇ ਪਤਾ ਨਹੀਂ ਕਿਦਮ ਨੂੰ ਕਰੋਟ ਬਦਲ ਦੇਣੀ ਆ ਤੇ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਦੀ ਪਾਲਣਾ ਕੀਤੀ ਦਿੱਲੀ ਵਿੱਚ ਉਹਨਾਂ ਸਿੱਖਾਂ ਦੀ ਕਿਸੇ ਨੇ ਵਾਹ ਵਲੇ ਨਹੀਂ ਵੇਖਿਆ ਤੇ ਜਿਨ੍ਹਾਂ ਘਰਾਂ 'ਚ ਨਿਰੇ ਟੈਲੀਵਿਜ਼ਨ ਰੱਖੇ ਸੀ ਨਾ ਉਹਨਾਂ ਕੋਲ ਧਨ ਪਦਾਰਥ ਰਿਹਾ ਨਾ ਉਹਨਾਂ ਦੀਆਂ ਇੱਜ਼ਤਾਂ ਸਹੀ ਸਲਾਮਤ ਰਹੀਆਂ ਆ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ ਕਿ ਸਾਨੂੰ ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਤਕਰੀਰ ਦਾ ਕਿੰਨਾ ਅਸਰ ਸੀ ਮਿਲਖਾ ਸਿੰਘ ਮੌਜੀ ਢਾਡੀ ਆਂਦਾ ਇੱਕ ਵਾਰ ਅਸੀਂ ਜੀ ਭਰ ਕੇ ਸੰਤਾਂ ਦੇ ਦਰਸ਼ਨ ਕਰਨ ਚੱਲੇ ਤੇ ਨਸ਼ਹਿਰੇ ਪਨਵੇਂ ਦਾ ਤਰਲੋਕ ਸਿੰਘ ਜੀਵੀਦਾਰ ਵੀ ਸਾਡੇ ਨਾਲ ਬਹਿ ਗਿਆ ਵੀ ਮੈਨੂੰ ਵੀ ਦਰਸ਼ਨ ਕਰਾ ਕੇ ਲਿਆਓ ਸੰਤਾਂ ਦੀ ਜਦੋਂ ਤਕਰੀਰ ਸੁਣੀ ਨਾ ਸ਼ਾਮਾਂ ਪੈ ਗਈਆਂ ਆਖਿਆ ਉਹ ਤਰਲੋਕ ਸਿੰਘ ਆਉਣ ਘਰ ਨੂੰ ਚੱਲੀਏ ਪੱਠੇ ਪੁੱਠੇ ਵੀ ਪਾਉਣੇ ਆ ਤੇ ਤਰਲੋਕ ਸੋਹਣਾ ਵੀ ਮੇਰੇ ਘਰਦਿਆਂ ਨੂੰ ਕਹਿ ਦਿਓ ਵੀ ਤਰਲੋਕ ਸੋਹਣ ਤੁਹਾਡਾ ਨੀ ਰਹਿ ਗਿਆ ਹੁਣ ਜਿੰਨਾ ਚਿਰ ਰਹੂਗਾ ਸੰਤਾਂ ਦੇ ਨਾਲ ਰਹੂਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੱਖੋ ਉਹਨਾਂ ਦੇ ਸਮੇਂ ਤੇ ਤੁਹਾਡੇ ਵਰਗੇ ਨੌਜਵਾਨ ਗੱਭਰੂ ਇਸ ਤਰ੍ਹਾਂ ਕਾਲਜਾਂ ਚੋਂ ਨਿਕਲਦੇ ਸੀ ਔਰ ਜਿਤਨਾ ਬੱਬਰ ਸ਼ਹਿਰ ਜੰਗਲ ਚੋਂ ਨਿਕਲਦੇ ਹੋਣ ਧਾਗੇ ਤਵੀਤ ਦੇਣ ਵਾਲੇ ਬਾਬੇ ਉਸ ਵੇਲੇ ਮੂੰਗਫਲੀ ਦੀਆਂ ਰੇਹੜੀਆਂ ਲਾ ਕੇ ਬਹਿ ਗਈ ਸੀ ਜਦੋਂ ਛੇਰ ਗਰਜ ਮਾਰਦਾ ਫਿਰ ਗਿੱਦੜ ਆਪਣੇ ਆਪ ਘੁਰਨਿਆਂ ਚ ਲੁਕ ਜਾਂਦੇ ਆ ਆ ਉਹ ਛੰਦ ਦਾ ਸਿਰ ਲੇਖ ਹੈ ਓਏ ਕੌਣ ਕਰੂਗਾ ਰੀਸਾਂ ਭਿੰਡਰਾਂ ਵਾਲੇ ਸ਼ੇਰ ਦੀਆਂ ਚੜਿਆ ਸੂਰਜ ਵਾਂਗਰਾ ਕੁਝ ਹੀ ਵਿੱਚ ਸਾਲਾ ਆਗੂ ਬਣਿਆ ਸੇ ਪੰਥ ਦਾ ਉਹ ਪਿੰਡਰਾ ਵਾਲਾ ਇਸ ਦੀ ਇਤਿਹਾਸ ਵਿੱਚ ਜਿਨ ਮਾਰੀਆਂ ਮਾਰ ਪਿੰਡਰਾ ਵਾਲੇ ਸ਼ੇਰ ਤੋਂ ਡਰੀਆਂ ਸਰਕਾਰ ਚੜਿਆ ਸੂਰਜ ਵਾਂਗਰਾ ਕੁਝ ਹੀ ਵਿੱਚ ਸਾਲਾ ਆਗੂ ਬਣਿਆ ਪੰਥ ਦਾ ਉਹ ਪਿੰਡਰਾ ਵਾਲਾ ਸਤਿ
ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਿੱਖੋ ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ। ਕਹਿਣੀ ਤੇ ਕਥਨੀ ਦੇ ਪੂਰੇ ਬਾਣੀ ਤੇ ਬਾਣੇ ਵਿੱਚ ਪਰਪੱਕ ਆ ਪਿਛਲੀ ਲੈਣ ਆਪ ਨੇ ਸਰਵਣ ਕੀਤੀ ਕਿ ਗਦਾਰਾਂ ਦੀ ਗਦਾਰੀ ਕਾਰਨ ਗੁਰੂ ਸਿੱਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਰਾਂ ਸੈਰ ਕਰਨ ਜਾ ਰਹੇ ਸੀ ਤੇ ਕੁਝ ਬੱਚੇ ਚਿੱਕੜ ਦੇ ਵਿੱਚ ਖੇਡ ਰਹੇ ਸੀ। ਸ਼ੇਰੇ ਪੰਜਾਬ ਨੇ ਆਖਿਆ ਉਹ ਬੱਚਿਓ ਕਿਤੇ ਤਿਲਕ ਕੇ ਸੱਟ ਨਾ ਲਵਾ ਲਿਓ। ਉਹਨਾਂ ਬੱਚਿਆਂ ਨੇ ਆਖਿਆ ਪਹਿਲੀ ਗੱਲ ਤੇ ਅਸੀਂ ਤਿਲਕਣਾ ਨੀ ਰਾਜਾ, ਸਾਡੇ ਪੈਰਾਂ ਚ ਪਕੜ ਵੜੀ ਆ ਤੇ ਜੇ ਤਿਲਕ ਗਏ ਤੇ ਸਾਨੂੰ ਸੱਟ ਨੀ ਲੱਗਣੀ ਤੇ ਜੇ ਸੱਟ ਲੱਗ ਗਈ ਤੇ ਸਾਡਾ ਜੋੜ ਬੜੀ ਛੇਤੀ ਗੰਢਿਆ ਜਾਣਾ, ਕਿਤੇ ਤੂੰ ਨਾ ਤਿਲਕ ਜੀ। ਜਿਹੜੀਆਂ ਕੌਮਾਂ ਦੇ ਆਗੂ ਤਿਲਕ ਜਾਂਦੇ ਹਨ ਉਹ ਕੌਮਾਂ ਰਸਾਤਲ ਦੀ ਡੂੰਘੀ ਖੱਡ ਵਿੱਚ ਜਾ ਪੈਂਦੀਆਂ। ਗੁਰੂ ਕਿਰਪਾ ਕਰੇ ਮੈਂ ਇੱਕ ਕਵਿਤਾ ਹੋਰ ਕਹਿਣ ਦਾ ਯਤਨ ਕਰੂੰਗਾ ਜਿਹੜੀ ਮੈਨੂੰ ਬਾਰ ਬਾਰ ਕਹੀ ਜਾ ਰਹੀ ਉਹ ਝੂਠੇ ਸੌਦੇ ਵਾਲੇ ਦੀ, ਜਿਹੜਾ ਹੁਣ ਜੇਲ੍ਹ ਚ ਡੰਗਿਆ ਮਨ ਮਾਨੀਆਂ ਕਰਨ ਵਾਲਾ। ਮੈਂ ਨਾ ਉਹ ਜਗਦੀਪ ਸਿੰਘ ਜੱਜ ਭਾਵੇਂ ਹੈ ਉਹ ਮੋਨਾ ਦੇ ਨਾਲ ਸਿੰਘ ਲੱਗਾ ਸੀ, ਉਹਨੇ ਸਿੰਘ ਨਾਂ ਦੀ ਲਾਜ ਰੱਖ ਲਈ ਆ, ਕਾਨੂੰਨ ਨੂੰ ਉਹਨੇ ਜਿੰਦਾ ਰੱਖਿਆ। ਭਾਵੇਂ MLA MP ਪਰ ਉਥੋਂ ਦੇ ਮੁੱਖ ਮੰਤਰੀ ਉਹਦੇ ਨਾਲ ਸੀ ਪਰ ਉਹਨੇ ਕਾਨੂੰਨ ਨੂੰ ਜਿੰਦਾ ਰੱਖਿਆ। ਸਵੇਰ ਨੂੰ ਉਹਨੂੰ ਜੇਲ੍ਹ ਦੇ ਵਿੱਚ ਸਜ਼ਾ ਦੇਣ ਵਾਸਤੇ ਜਾਣਾ। ਗੁਰੂ ਕਿਰਪਾ ਕਰੇ ਸਾਡੀ ਕੌਮ ਦੇ ਮਹਾਨ ਕਥਾ ਵਾਚਕ ਭਾਈ ਕੁਲਵੰਤ ਸਿੰਘ ਜੀ ਜਿਹੜੇ ਉਹਦੇ ਕਾਰਨ ਹੀ ਆ ਸਕੇ। ਮੈਂ ਸਾਮੀ ਫੋਨ ਲਾ ਕੇ ਤੁਸੀਂ ਆਏ ਕਿਉਂ ਨੀ, ਆਂਦੇ ਸ਼ਾਇਦ ਵਿਜਾ ਲੱਗ ਗਿਆ ਹੋਵੇ ਪਰ ਮੈਸੀ ਵਾਲੇ ਸਿਆਣੇ ਆ ਵੀ ਜੋ ਇਹ ਆ ਸਾੜ ਫੂਕ ਹੋ ਰਹੀ ਹੈ ਕਿਤੇ ਪਾਸਪੋਰਟ ਨਾ ਫੂਕੇ ਜਾਣ, ਸਾਨੂੰ ਜ਼ਿੰਮੇਵਾਰੀ ਵੱਡੀ ਚੁੱਕਣੀ ਪੈਣੀ ਆ, ਇਸ ਕਰਕੇ ਮੈਂ ਆ ਨਹੀਂ ਸਕਿਆ। ਸਾਰੀ ਸੰਗਤ ਨੂੰ ਉਹਨਾਂ ਵੱਲੇ ਗੁਰੂ ਫਤਿਹ ਵੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਘੋਲਾ ਸਿੰਘ ਜੀ ਆਏ ਆ, ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜਿਨ੍ਹਾਂ ਇੰਨੀ ਮਹਾਨ ਸੇਵਾ ਕੀਤੀ। ਮੈਂ ਅੱਖੀਂ ਦੇਖ ਕੇ ਆਇਆ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਜਿਨ੍ਹਾਂ ਦਾ ਸਥਾਨ ਦੁਆਰਕਾ ਨਗਰੀ 5 ਕਿਲੋਮੀਟਰ ਬੇੜੇ ਵਿੱਚ ਜਾ ਕੇ ਉਹਨਾਂ ਦਾ ਸਥਾਨ ਦੇ ਦਰਸ਼ਨ ਕਰਨੇ ਪੈਂਦੇ ਆ, ਔਰ ਉਹਨਾਂ ਦਾ ਘਰ ਅੱਜ ਵੀ ਮੌਜੂਦ ਆ ਭਾਈ ਮੋਹਕਮ ਸਿੰਘ ਦਾ। ਮਹਾਂਪੁਰਸ਼ਾਂ ਨੇ 70,000 ਰੁਪਇਆ ਸਰਕਾਰ ਨੂੰ ਟੈਕਸ ਭਰ ਕੇ ਰਜਿਸਟਰੀ ਦੇ ਕਾਗਜ਼ ਕਢਾਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਤੇ ਰਜਿਸਟਰੀ ਨਿਕਲੀ। 26 ਲੱਖ ਰੁਪਇਆ ਲਾ ਕੇ ਬੇੜਿਆਂ ਰਾਹੀਂ ਉਹਦਾ ਸੁੰਦਰ ਅਸਥਾਨ ਅਲੱਗ ਕਰਕੇ ਬਣਾਇਆ। ਤੋ ਘਰ ਅੱਜ ਵੀ ਮੌਜੂਦ ਆ, ਆਓ ਗੁਰੂ ਕਿਰਪਾ ਕਰੇ ਉਹਨਾਂ ਦਾ ਵੀ ਧੰਨਵਾਦ। ਕਵਿਤਾ ਆਪਣਾ ਪ੍ਰਚਾਰ ਆਪ ਕਰੇਗੀ, ਕਵਿਤਾ ਮੈਂ ਪੇਸ਼ ਕਰਨ ਲੱਗਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ 2 ਚੀਜ਼ਾਂ ਦਿੱਤੀਆਂ, ਬਾਣੀ ਤੇ ਬਾਣਾ। ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਇੱਕ ਨਾ ਭਾਈ ਉਦੇ ਸਿੰਘ ਨੇ ਸ਼ੇਰ ਮਾਰਿਆ, ਆਂਦਾ ਮਹਾਰਾਜ ਸ਼ੇਰ ਮੈਂ ਮਾਰ ਬੈਠਾ ਪਰ ਮੈਂ ਲਿਆ ਨਹੀਂ ਸਕਿਆ। ਸਤਿਗੁਰੂ ਕਹਿਣ ਲੱਗੇ ਸ਼ੇਰ ਦੀ ਖਲ ਨੋਹਾਂ ਤੱਕ ਲਾ ਕੇ ਲਿਆਓ। ਸ਼ੇਰ ਦੀ ਖਲ ਨੋਹਾਂ ਤੱਕ ਲਾ ਕੇ ਲਿਆਂਦੀ ਗਈ। ਮਹਾਰਾਜ ਕਹਿਣ ਲੱਗੇ ਵੀ ਇਸ ਖਲ ਨੂੰ ਇੱਕ ਖੋਤੇ ਉੱਤੇ ਮੜ ਦਿਓ। ਸ਼ੇਰ ਦੀ ਖਲ ਖੋਤੇ ਉੱਤੇ ਮੜ ਦਿੱਤੀ ਗਈ। ਉਹ ਖੋਤਾ ਜਿਹੜੇ ਗਲੀ ਬਾਜ਼ਾਰ ਨੂੰ ਜਾਵੇ ਲੋਕ ਤਰਾਸ ਤਰਾਸ ਕਰਦੇ ਅੰਦਰ ਵੜਦੇ ਜਾਣ, ਸ਼ੇਰ ਆ ਗਿਆ ਉਹ ਲੋਕੋ ਸ਼ੇਰ ਆ ਗਿਆ ਬਜੋ ਇਤੋਂ। ਸਾਰੀ ਦਿਹਾੜੀ ਖੋਤਾ ਸ਼ੇਰ ਦੀ ਖਲ ਪਾ ਕੇ ਲੋਕਾਂ ਨੂੰ ਡਰਾਉਂਦਾ ਰਿਹਾ। ਜਦੋਂ ਸ਼ਾਮਾਂ ਪਈਆਂ ਘੁਮਿਆਰਾਂ ਦੇ ਘਰ ਆਇਆ, ਆਪਣੇ ਭਰਾਵਾਂ ਖੋਤਿਆਂ ਚ ਆਇਆ ਵਾੜੇ ਜਦੋਂ ਗਿਆ ਨਾ, ਫਿਰ ਉਹਨੇ ਖੋਤਿਆਂ ਵਾਲਾ ਕੰਮ ਤੇ ਕਰਨਾ ਸੀ। ਜਦੋਂ ਖੋਤਿਆਂ ਵਾਲੀ ਆਵਾਜ਼ ਕੱਢੀ, ਜਿਹੜੇ ਸਵੇਰ ਦੇ ਡਰਦੇ ਫਿਰਦੇ ਸੀ ਉਹਨਾਂ ਆਵਾਜ਼ ਪਛਾਣ ਲਈ, ਉਹਨਾਂ ਕੁੱਟ ਕੁੱਟ ਕੇ ਉਹ ਖੋਤੇ ਦੀ ਖਲ ਲਾਤੀ। ਮਹਾਰਾਜ ਜਿਹੜਾ ਸਵੇਰ ਦਾ ਡਰਾਉਂਦਾ ਸੀ ਇਹਦੇ ਖੋਤਾ ਸੀ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਸਿੱਖਿਆ ਦੇਣੀ ਸੀ, ਜਿੰਨਾ ਚਿਰ ਤੁਸੀਂ ਬਾਣਾ ਪਾ ਕੇ ਤੁਹਾਡੇ ਵਿੱਚ ਬਾਣੇ ਵਾਲੇ ਗੁਣ ਹੋਣਗੇ, ਤੁਸੀਂ ਸ਼ਸਤਰਧਾਰੀ ਹੋਗੇ, ਤੁਹਾਡੇ ਕੋਲ ਲੋਕ ਛੇੜਾਂ ਵਾਂਗੂ ਡਰਿਆ ਕਰਨਗੇ, ਤੇ ਜਦੋਂ ਬਾਣਾ ਪਾ ਕੇ ਕੰਮ ਖੋਤਿਆਂ ਵਾਲੇ ਕਰੋਗੇ ਹਾਲ ਤੁਹਾਡਾ ਇਹ ਖੋਤੇ ਵਾਲਾ ਹੋਣਾ। ਜੇ ਪੂਨੇ ਦਾ ਹੋਇਆ ਸੀ ਨਾ, ਪੂਨੇ ਨੇ ਬਾਣਾ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਾਇਆ ਸੀ, ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਸੀ। ਉਹਦੇ ਪਾਪਾਂ ਦੀ ਲਿਸਟ ਬੜੀ ਲੰਮੀ ਆ, ਦੱਸੂ ਤੇ ਬੜਾ ਸਮਾਂ ਲੱਗ ਜਾਏਗਾ। ਆਓ ਜਿਨ੍ਹੇ ਵੀ ਸਾਡੇ ਉੱਤੇ ਵਧੀਕੀ ਕੀਤੀ ਉਹ ਕਤੀਆਂ ਦੇ 51 ਕਰਕੇ ਖਾਲਸੇ ਨੇ ਮੋੜੇ। ਛੰਦ ਦਾ ਸਿਰ ਲੇਖ ਹੈ ਜੋ ਸਾਡੀ ਅਣਖ ਵੰਗਾਰੇ ਤੇ ਅਸੀਂ ਨਹੀਂ ਜਿਉਂਦਾ ਛੱਡਣਾ ਛੱਡਣਾ। ਸਾਡਾ ਜਨਮ ਖਨੇ ਦੀ ਤਾਰੋ ਸਾਨੂੰ ਜਾਣੇ ਕੁੱਲ ਲੁਕਾ
ਅਸੀਂ ਸੀਸ ਤਲੀ ਤਰ ਚੱਲੀਏ ਸਾਨੂੰ ਬਖਸ਼ੇ ਗੁਰ ਵਡਿਆਈ ਅਸੀਂ ਸਧਾਰਨਾ ਦੇ ਜੇਤੂ ਨਹੀਂ ਸਿੱਖਿਆ ਜੰਗ ਚੋਂ ਭੱਜਣਾ ਜੋ ਸਾਡੀ ਅਣਖ ਮੰਗਾਰੇ ਅਸੀਂ ਨਹੀਂ ਜਿਉਂ ਦਾ ਛੱਡਣਾ ਹਰ ਮੰਦਰ ਵਿੱਚ ਰੰਗਣ ਸਾਡੀ ਗੈਰਤ ਨੂੰ ਅਜ਼ਮਾਇਆ ਅਸੀਂ ਬੀਕਾਨੇਰ ਤੋਂ ਚੱਲ ਕੇ ਆਸਰ ਜ਼ਾਲਮ ਦਾ ਲਾਇਆ ਦਸ ਦਿੱਤਾ ਅਣਖੀ ਪੀਰਾ ਅਸੀਂ ਸਰਨੇ ਜੇਤੇ ਕੱਢਣਾ ਜੋ ਸਾਡੀ ਅਣਖ ਮੰਗਾਰੇ ਅਸੀਂ ਨਹੀਂ ਜਿਉਂ ਦਾ ਛੱਡਣਾ ਬਾਗ ਜੱਲਿਆ ਵਾਲੇ ਨਰਦੋਸ਼ਾ ਖੂਨ ਮੁਹਾਇਆ ਲੰਡਨ ਕਿਸੇ ਤੇ ਵਾਧਾ ਕਰੋ ਨਾ ਵਾਧਾ ਜਰੋ ਸਿੱਖੀ ਵਿਚ ਪੂਰੇ ਹੋ ਖੰਡੇ ਬਾਟੇ ਦਾ ਅਮਰ ਛਕੋ ਅਮਰ ਛਕਣ ਵਾਲਿਆਂ ਨੂੰ ਵਧਾਈ ਹੋਵੇ ਸਤਿਗੁਰੂ ਰਹਿਤ ਵਿਚ ਪ੍ਰਪੱਕ ਉਹਨਾਂ ਦਾ ਜੀਵਨ ਬਤੀਤ ਹੋਵੇ ਮੈਂ ਸਮੂਹ ਗੁਰਸਿੱਖਾਂ ਦਾ ਸਿੱਖ ਟੂ ਇੰਸਪਾਇਰ ਜਿਨ੍ਹਾਂ ਨੇ ਉਦਮ ਉਪਰਾਲਾ ਕਰਕੇ ਦਮਦਮੀ ਟਕਸਾਲ ਦੇ ਸਮੂਹ ਸਿੰਘਾਂ ਨੇ ਉਦਮ ਉਪਰਾਲਾ ਕਰਕੇ ਮਹਾਨ ਗੁਰਮਤਿ ਸਮਾਗਮ ਗੁਰੂ ਦੀ ਕਿਰਪਾ ਦੇ ਸਦਕਾ
ਜੋ ਉਲੀਕੇ ਆ ਬੜਾ ਗਿਆਨ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਬੜੇ ਬੜੇ ਚੰਗੇ ਕੀਰਤਨੀਏ ਔਰ ਕਥਾ ਵਾਚ ਗੁਰੂ ਕੀ ਸੇਵਾ ਵਿਚ ਹਾਜ਼ਰ ਹੋ ਕੇ ਆਪ ਜੀ ਨੇ ਗੁਰੂ ਬਚਨ ਸੁਣ ਕੇ ਲਾਹ ਲਿਆ ਹੋਈਆਂ ਭੁੱਲਾਂ ਦੀ ਮਾਫ਼ੀ ਸਾਰੀ ਸੰਗਤ ਪਿਆਰ ਸਹਿਤ ਫਤਿਹ ਬੁਲਾਓ ਤੇ ਫਤਿਹ ਮਰਦਾਂ ਵਾਲੀ ਗੱਜ ਕੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇਹ ਸੰਤ ਭਾਈ ਮਹਿਲ ਸਿੰਘ ਜੀ ਦਾ ਕਵੀਸ਼ਰੀ ਜਥਾ ਜਿਨ੍ਹਾਂ ਉੱਪਰ ਗੁਰੂ ਕਲਗੀਧਰ ਜੀ ਦੀ ਮਹਾਨ ਬਖਸ਼ਿਸ਼ ਮੈਂ ਰਮਤ ਆ ਬੜੀ ਨਿਧੜਕਤਾ ਦੇ ਨਾਲ